ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਉਦਮ ਬਾਰੇ ਕਿ ਕਿਸੇ ਨਿਸ਼ਾਨੇ ਤੇ ਪਹੁੰਚਣ ਲਈ ਉਦਮ ਦਾ ਹੋਣਾ ਕਿੰਨਾ ਜ਼ਰੂਰੀ ਹੈ ਪਰ ਉਦਮ ਵਾਸਤੇ ਨਿਰੰਤਰ ਉਤਸ਼ਾਹ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਹੁਣ ਇਹ ਮੋਟੀਵੇਸ਼ਨ ਜਾਂ ਉਤਸ਼ਾਹ ਲਿਆਂਦਾ ਕਿੱਥੋਂ ਜਾਵੇ ਕਈ ਵਾਰੀ ਅਸੀਂ ਯੂਟਿਊਬ 'ਤੇ ਕੋਈ ਵੀਡੀਓ ਦੇਖਦੇ ਹਾਂ ਜਾਂ ਕੋਈ ਕਿਤਾਬ ਪੜ੍ਹਦੇ ਹਾਂ ਤਾਂ ਇੱਕਦਮ ਮਨ ਦੇ ਵਿੱਚ ਇੱਕ ਉਤਸ਼ਾਹ ਦੀ ਲਹਿਰ ਉੱਠਦੀ ਹੈ ਅਤੇ ਉਸ ਉਤਸ਼ਾਹ ਦੇ ਪ੍ਰਭਾਵ ਹੇਠ ਅਸੀਂ ਕੋਈ ਕੰਮ ਇੱਕ ਅੱਧੀ ਵਾਰੀ ਕਰ ਵੀ ਲੈਂਦੇ ਹਾਂ ਪਰ ਅਗਲੇ ਦਿਨ ਹੁੰਦਾ ਕੀ ਹੈ ਉਤਸ਼ਾਹ ਫਿਰ ਜ਼ੀਰੋ ਦਾ ਜ਼ੀਰੋ ਜਿਵੇਂ ਕੋਈ ਸੋਫੇ ਉੱਤੇ ਬੈਠੇ ਅਤੇ ਸੋਫੇ ਦੀ ਸੀਟ ਥੱਲੇ ਹੋ ਜਾਵੇ ਅਤੇ ਜਦੋਂ ਹੀ ਸੋਫੇ ਤੋਂ ਉੱਠੀਏ ਤਾਂ ਸੋਫਾ ਫਿਰ ਉੱਥੇ ਦਾ ਉੱਥੇ ਮਨ ਵੀ ਕੁਝ ਕੁਝ ਇਸੇ ਤਰ੍ਹਾਂ ਹੀ ਕਰਦਾ ਹੈ ਮਨ ਨੇ ਕਿਸੇ ਤੋਂ ਪ੍ਰੇਰਣਾ ਲੈ ਕੇ ਉਬਾਲਾ ਜਿਹਾ ਮਾਰਿਆ ਅਤੇ ਅਸੀਂ ਜਿਮ ਜੁਆਇਨ ਕਰ ਲਿਆ ਪਰ ਦੋ ਚਾਰ ਦਿਨਾਂ ਦੇ ਵਿੱਚ ਹੀ ਸਾਨੂੰ ਆਲਸ ਆ ਕੇ ਵਾਪਸ ਘੇਰ ਲੈਂਦਾ ਹੈ ਮਨ ਨੂੰ ਚਾਓ ਚੜ੍ਹਿਆ ਅਤੇ ਇੱਕ ਅੱਧਾ ਅੰਮ੍ਰਿਤ ਵੇਲਾ ਸਾਂਭ ਮੁੜ ਕੇ ਫਿਰ ਦੂਜੇ ਦਿਨ ਉਹੀ ਲੇਟ ਉੱਠਣਾ ਉਹੀ ਰੂਟੀਨ ਇਹ ਗੱਲ ਠੀਕ ਹੈ ਕਿ ਮਨ ਦੀ ਦਸ਼ਾ ਇੱਕੋ ਜਿਹੀ ਨਹੀਂ ਰਹਿੰਦੀ ਉਤਸ਼ਾਹ ਦੇ ਵਿੱਚ ਉਤਾਰ ਚੜ੍ਹਾਅ ਆਉਂਦਾ ਰਹਿੰਦਾ ਹੈ ਪਰ ਇੱਕ ਰੂਟੀਨ ਵਿੱਚ ਕਿਸੇ ਕੰਮ ਨੂੰ ਕਰਨਾ ਅਤੇ ਕਰਦੇ ਰਹਿਣਾ ਇਸ ਵਾਸਤੇ ਉਤਸ਼ਾਹ ਵੀ ਲਗਾਤਾਰ ਬਣਾਈ ਰੱਖਣਾ ਪੈਂਦਾ ਹੈ ਜਦੋਂ ਤੁਸੀਂ ਆਪਣੀ ਮੰਜ਼ਿਲ ਤੈਅ ਕਰ ਲਵੋ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਸ ਮੰਜ਼ਿਲ 'ਤੇ ਅਪਣਨ ਲਈ ਸਹੀ ਰਸਤੇ ਦਾ ਚੁਣਾਅ ਮੰਨ ਲਓ ਤੁਸੀਂ ਜਲੰਧਰ ਤੋਂ ਅੰਮ੍ਰਿਤਸਰ ਜਾਣਾ ਹੋਵੇ ਅਤੇ ਤੁਸੀਂ ਜੀ ਟੀ ਰੋਡ 'ਤੇ ਲੁਧਿਆਣੇ ਵੱਲ ਨੂੰ ਗੱਡੀ ਪਾ ਲਵੋ ਤਾਂ ਅੰਮ੍ਰਿਤਸਰ ਤਾਂ ਕੀ ਪਹੁੰਚਣਾ ਹੈ ਜਦੋਂ ਰਸਤੇ 'ਚ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਗਲਤ ਰਸਤੇ 'ਤੇ ਹੋ ਤਾਂ ਉਤਸ਼ਾਹ ਬਿਲਕੁਲ ਹੀ ਜ਼ੀਰੋ ਹੋ ਜਾਏਗਾ ਅਤੇ ਮੰਜ਼ਿਲ ਤੱਕ ਤਾਂ ਬਿਲਕੁਲ ਹੀ ਨਹੀਂ ਪਹੁੰਚ ਸਕੋਗੇ ਇਸ ਤੋਂ ਉਲਟ ਜੇ ਅੰਮ੍ਰਿਤਸਰ ਵੱਲ ਜਾ ਰਹੇ ਹੋ ਅਤੇ ਸਹੀ ਰਸਤੇ 'ਤੇ ਹੋ ਤਾਂ ਤੁਹਾਡਾ ਉਤਸ਼ਾਹ ਜਿਉਂ ਜਿਉਂ ਮੰਜ਼ਿਲ ਦੇ ਵੱਲ ਵਧੋਗੇ ਵੱਧਦਾ ਜਾਏਗਾ ਸੋ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਕਿ ਕਿਸੇ ਵੀ ਉਦੇਸ਼ ਦੀ ਪ੍ਰਾਪਤੀ ਲਈ ਕਿਸੇ ਵੀ ਮੰਜ਼ਿਲ 'ਤੇ ਅਪਣਨ ਲਈ ਰਸਤਾ ਸਹੀ ਫੜਨਾ ਚਾਹੀਦਾ ਹੈ ਉਦੇਸ਼ ਕੋਈ ਵੀ ਹੋਵੇ ਉਸਨੂੰ ਕਿਸੇ ਨਾ ਕਿਸੇ ਬਹਾਨੇ ਆਪਣੀਆਂ ਅੱਖਾਂ ਕੰਨਾਂ ਜਾਂ ਹੱਥਾਂ ਜਾਂ ਪੈਰਾਂ ਦੇ ਸਹਾਰੇ ਆਪਣੇ ਮਨ ਤੱਕ ਉਹਦਾ ਸੰਦੇਸ਼ ਪਹੁੰਚਾਉਂਦੇ ਰਹਿਣਾ ਚਾਹੀਦਾ ਹੈ ਜਿਵੇਂ 10ਵੀਂ ਜਮਾਤ ਵਿੱਚ ਮੇਰੇ ਇੱਕ ਮਿੱਤਰ ਨੇ ਵੱਡਾ ਵੱਡਾ 90 ਲਿਖ ਕੇ ਉਸਨੂੰ ਆਪਣੇ ਬਸਤੇ ਦੇ ਉੱਪਰ ਚਿਪਕਾਇਆ ਹੋਇਆ ਸੀ ਅਤੇ ਉਹੀ ਸਟਿੱਕਰ ਉਹਨੇ ਆਪਣੇ ਬੈੱਡ ਦੀ ਕੰਧ ਦੇ ਉੱਤੇ ਵੀ ਲਾਇਆ ਹੋਇਆ ਸੀ ਅਤੇ ਇੱਦਾਂ ਦਾ ਹੀ ਇੱਕ ਸਟਿੱਕਰ ਉਹਨੇ ਆਪਣੇ ਬਾਥਰੂਮ ਦੇ ਸ਼ੀਸ਼ੇ ਉੱਤੇ ਵੀ ਲਾਇਆ ਹੋਇਆ ਸੀ ਪੁੱਛਣ 'ਤੇ ਪਤਾ ਲੱਗਾ ਕਿ ਉਸਦਾ ਟੀਚਾ ਇਸ ਸਾਲ 90% ਤੋਂ ਉੱਪਰ ਨੰਬਰ ਲੈਣ ਦਾ ਹੈ ਅਤੇ ਇਹਨਾਂ ਸਟਿੱਕਰਾਂ ਰਾਹੀਂ ਉਹ ਆਪਣੇ ਮਨ ਤੱਕ ਇਹ ਸੰਦੇਸ਼ ਪਹੁੰਚਾਉਣ ਤੱਕ ਕਾਮਯਾਬ ਰਿਹਾ ਅਤੇ ਅਖੀਰ 90% ਲੈ ਕੇ ਪਾਸ ਹੋਇਆ ਸੋ ਅਗਲਾ ਨੁਕਤਾ ਹੈ ਸਹੀ ਸੰਗਤ ਦਾ ਚੁਣਾਅ ਮੰਜ਼ਿਲ ਤੱਕ ਪਹੁੰਚਣ ਲਈ ਰਸਤੇ ਵਿੱਚ ਕੁਝ ਚੀਜ਼ਾਂ ਤੁਹਾਡੇ ਲਈ ਸਹਾਈ ਅਤੇ ਲਾਭਦਾਇਕ ਹੋਣਗੀਆਂ ਅਤੇ ਕੁਝ ਚੀਜ਼ਾਂ ਤੁਹਾਡੇ ਲਈ ਨੁਕਸਾਨਦਾਇਕ ਹੋਣਗੀਆਂ ਸਾਡੀ ਇੱਕ ਪਿਛਲੀ ਉਦਾਹਰਣ ਦੇ ਮੁਤਾਬਕ ਜੇ ਤੁਹਾਡਾ ਇਗਜ਼ਾਮ ਦੇ ਵਿੱਚ 90% ਤੋਂ ਉੱਪਰ ਨੰਬਰ ਲੈਣ ਦਾ ਵਾਕਈ ਟੀਚਾ ਹੈ ਤਾਂ ਤੁਸੀਂ ਆਪਣੀ ਕਲਾਸ ਦੇ ਵਿੱਚ ਸੰਗਤ ਉਹਨਾਂ ਵਿਦਿਆਰਥੀਆਂ ਨਾਲ ਹੀ ਰੱਖੋਗੇ ਜਿਹੜੇ ਤੁਹਾਨੂੰ ਇਸ ਨਿਸ਼ਾਨੇ ਦੇ ਨੇੜੇ ਲੈ ਕੇ ਜਾਣਗੇ ਨਾ ਕਿ ਦੂਰ ਇਸੇ ਤਰ੍ਹਾਂ ਜੇ ਤੁਹਾਡਾ ਨਿਸ਼ਾਨਾ ਪਰਮਾਰਥ ਦੇ ਰਾਹ 'ਤੇ ਪੈ ਕੇ ਆਤਮਕ ਤਰੱਕੀ ਕਰਨ ਦਾ ਹੈ ਤਾਂ ਤੁਸੀਂ ਆਪਣੀ ਸੰਗਤ ਸਤਸੰਗੀਆਂ ਨਾਲ ਬਣਾਓਗੇ ਕਿਉਂਕਿ ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ ਇੱਕ ਹੋਰ ਗੁਰਵਾਕ ਅਨੁਸਾਰ ਜੇ ਲੋੜੈ ਸਦਾ ਸੁਖ ਪਾਈ ਸਾਧੂ ਸੰਗਤ ਗੁਰੈ ਬਤਾਈ ਸੋ ਆਪਣੀ ਸੰਗਤ ਉਹੋ ਜਿਹਿਆਂ ਨਾਲ ਰੱਖੀਏ ਜਿਨ੍ਹਾਂ ਨਾਲ ਰਲ ਕੇ ਤੁਸੀਂ ਆਪਣੇ ਟਿਕਾਣੇ 'ਤੇ ਮੰਜ਼ਿਲ 'ਤੇ ਪਹੁੰਚ ਸਕੋ ਤੀਸਰਾ ਨੁਕਤਾ ਇਹ ਹੈ ਕਿ ਸਹੀ ਮੰਜ਼ਿਲ ਸਹੀ ਰਸਤਾ ਅਤੇ ਸਹੀ ਸੰਗਤ ਮਿਲਣ ਤੋਂ ਬਾਅਦ ਵੀ ਆਪਣੀ ਪ੍ਰੋਗਰੈਸ ਨੂੰ ਜ਼ਰੂਰ ਟਰੈਕ ਕਰਦੇ ਰਹੋ ਅਤੇ ਜੇ ਹੋ ਸਕਦਾ ਹੈ ਤਾਂ ਆਪਣੇ ਆਪ ਨੂੰ ਟੈਸਟ ਵੀ ਕਰਦੇ ਰਹੋ ਕਿ ਤੁਸੀਂ ਮੰਜ਼ਿਲ 'ਤੇ ਪਹੁੰਚਣ ਲਈ ਸਹੀ ਰਸਤੇ 'ਤੇ ਹੋ ਉਦਾਹਰਣ ਦੇ ਤੌਰ 'ਤੇ ਮੰਨ ਲਓ ਜੇ ਤੁਹਾਡਾ ਟੀਚਾ ਹੈ ਕਿ ਤੁਸੀਂ ਜ਼ਬਾਨੀ ਜਪਜੀ ਸਾਹਿਬ ਦਾ ਪਾਠ ਯਾਦ ਕਰਨਾ ਹੈ ਤਾਂ ਤੁਸੀਂ ਆਪਣੇ ਕਿਸੇ ਬਿਲਕੁਲ ਨਜ਼ਦੀਕੀ ਨੂੰ ਇਸ ਗੋਲ ਬਾਰੇ ਜ਼ਰੂਰ ਦੱਸੋ ਇਸ ਦੇ ਦੋ ਫਾਇਦੇ ਹੋਣਗੇ ਪਹਿਲਾ ਇਹ ਕਿ ਉਹ ਤੁਹਾਡਾ ਬੁਰਾ ਨਹੀਂ ਚਾਹੇਗਾ ਅਤੇ ਤੁਹਾਨੂੰ ਉਤਸ਼ਾਹ ਦਿੰਦਾ ਰਹੇਗਾ ਦੂਸਰਾ ਇਹ ਕਿ ਪਹਿਲਾਂ ਤਾਂ ਸਿਰਫ ਤੁਹਾਨੂੰ ਹੀ ਤੁਹਾਡੇ ਤੋਂ ਐਕਸਪੈਕਟੇਸ਼ਨ ਸੀ ਪਰ ਹੁਣ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਨੂੰ ਵੀ ਤੁਹਾਡੇ ਤੋਂ ਐਕਸਪੈਕਟੇਸ਼ਨ ਹੈ ਅਤੇ ਹੋ ਸਕਦਾ ਹੈ ਕਿ ਤੁਸੀਂ ਉਮੀਦਾਂ 'ਤੇ ਖਰੇ ਉਤਰਨ ਲਈ ਆਪਣੇ ਉਤਸ਼ਾਹ ਦੇ ਵਿੱਚ ਕਮੀ ਨਾ ਆਉਣ ਦਿਓ ਅਤੇ ਸਹੀ ਰਸਤੇ 'ਤੇ ਆਪਣੀ ਮੰਜ਼ਿਲ ਵੱਧਦੇ ਜਾਓ ਸਾਡੀ ਜਪਜੀ ਸਾਹਿਬ ਦੇ ਪਾਠ ਨੂੰ ਜ਼ਬਾਨੀ ਯਾਦ ਕਰਨ ਵਾਲੀ ਉਦਾਹਰਣ ਦੇ ਮੁਤਾਬਿਕ ਤੁਸੀਂ ਜਪਜੀ ਸਾਹਿਬ ਦਾ ਪਾਠ ਪੌੜੀ ਦਰ ਪੌੜੀ ਯਾਦ ਕਰਕੇ ਆਪਣੇ ਸਤਸੰਗੀ ਮਿੱਤਰ ਨੂੰ ਸੁਣਾਉਂਦੇ ਰਹੋ ਅਤੇ ਆਪਣੀ ਪ੍ਰੋਗਰੈਸ ਨੂੰ ਟਰੈਕ ਕਰਦੇ ਰਹੋ ਇਸ ਤਰ੍ਹਾਂ ਪੌੜੀ ਦਰ ਪੌੜੀ ਯਾਦ ਕਰਕੇ ਤੁਸੀਂ ਆਪਣੇ ਟੀਚੇ 'ਤੇ
छेती पहुँच जाओगे, भाव कि जपजी साहब का पाठ जल्दी याद कर लोगे। आस है ये नुक्ते तुहाडे काम आउणगे। सो भुल चुक दी माफी देनी जी। वाहिगुरु जी का खालसा, वाहिगुरु जी की फतेह।